ਪਹਿਲਾਂ ਤਾਂ ਜੀ ਅੱਜ ਤੁਹਾਡਾ ਸਾਰੇ ਪ੍ਰੈਸ ਵਾਲੇ ਜੀ ਜਿੰਨੇ ਤੁਸੀਂ ਆਏ ਹੈ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਇੰਨੇ ਬਿਜ਼ੀ ਸ਼ਡਿਊਲ ਤੋਂ ਆਪਣਾ ਸਮਾਂ ਕੱਢਿਆ। ਅੱਜ ਅਸੀਂ ਜਿਹੜਾ ਯੂਥ ਅਕਾਲੀ ਦਲ ਹੈ ਉਹਦੇ ਅਸੀਂ ਅਹੁਦੇਦਾਰ ਆਪਣੇ ਜਿਹੜੇ ਸਾਡੇ ਹਲਕਾ ਖਰੜ ਦੇ ਸ਼ਹਿਰੀ ਅਤੇ ਜਿਹੜੇ ਦਿਹਾਤੀ ਹੈ ਉਹ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ। ਸੋ ਬੜਾ ਸੋਚ ਸਮਝ ਕੇ ਅਸੀਂ ਇਹ ਚੋਣ ਕੀਤੀ ਹੈ ਜੋ ਸਾਡੇ ਯੂਥ ਦੇ ਬੁੱਢੇ ਕੰਮ ਕਰਨ ਵਾਲੇ ਨੇ, ਦਿਨ ਰਾਤ ਮਿਹਨਤ ਕਰਨ ਵਾਲੇ ਨੇ। ਸੋ ਮੈਂ ਕਿਉਂਕਿ ਸਾਡੇ ਪ੍ਰਧਾਨ ਜੀ ਦੇ ਵੀ ਹਦਾਇਤਾਂ ਨੇ ਵੀ ਵੱਧ ਤੋਂ ਵੱਧ ਜਿਹੜਾ ਯੂਥ ਨੂੰ ਅੱਗੇ ਲਿਆਂਦਾ ਜਾਵੇ, ਯੂਥ ਨੂੰ ਅੱਗੇ ਕੀਤਾ ਜਾਵੇ। ਸੋ ਇਸੀ ਤਹਿਤ ਅਸੀਂ ਅੱਜ ਇਹ ਆਪਣਾ ਜਥੇਬੰਦੀ ਅਨਾਊਂਸ ਕਰਨ ਲੱਗੇ ਹਾਂ ਅਤੇ ਇਹਦੇ 'ਚ ਮੁੱਲਾਂਪੁਰ 1 ਤੋਂ ਮਨਪ੍ਰੀਤ ਸਿੰਘ ਮੰਨਾ ਜੀ, ਮੁੱਲਾਂਪੁਰ 2 ਤੋਂ ਹੇਮਰਾਜ ਜੀ, ਖਿਜਰਾਬਾਦ ਤੋਂ ਲਖਵਿੰਦਰ ਸਿੰਘ ਜੌਨੀ ਜੀ, ਕੁਰਾਲੀ ਦਿਹਾਤੀ ਤੋਂ ਸੁਖਵਿੰਦਰ ਸਿੰਘ ਨਨਿਹੇੜੀਆ ਜੀ ਅਤੇ ਖਰੜ 1 ਤੋਂ ਅਰਮਾਨ ਚੀਮਾ ਜੀ, ਖਰੜ 2 ਤੋਂ ਅਰਵਿੰਦਰ ਸਿੰਘ ਖੁੰਡੀ ਮਾਜਰਾ, ਖਰੜ 3 ਤੋਂ ਹਰਜੀਤ ਸਿੰਘ ਕੰਗ, ਝੰਜੇੜੀ ਸਰਕਲ ਤੋਂ ਕਰਨ ਰਾਣਾ ਜੀ ਝੰਜੇੜੀ, ਨਵਾਂਗਾਓਂ ਦਿਹਾਤੀ ਤੋਂ ਹਰਦੀਪ ਟਾਂਡਾ ਜੀ, ਨਵਾਂਗਾਓਂ ਸ਼ਹਿਰੀ ਤੋਂ ਮਨਵੀਰ ਸਿੰਘ ਅਤੇ ਰਣਜੀਤ ਸਿੰਘ ਰਾਣਾ ਸਾਡੇ ਜ਼ਿਲ੍ਹੇ ਇਹ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ, ਜਗਦੀਪ ਸਿੰਘ ਸਿੰਪੀ ਜੀ ਜ਼ਿਲ੍ਹੇ ਦੇ ਮੀਤ ਪ੍ਰਧਾਨ, ਅਮਨਦੀਪ ਸਿੰਘ ਅੰਮੂ ਜੀ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ। ਸੋ ਅਸੀਂ ਅੱਜ ਇਹ ਜਿਹੜੀ ਸਰਕਲਾਂ ਦੇ ਪ੍ਰਧਾਨ ਅਤੇ ਜ਼ਿਲ੍ਹੇ ਦੇ ਵਿੱਚ ਇਹ ਜਥੇਬੰਦੀ ਦਾ ਅੱਜ ਅਸੀਂ ਅਨਾਊਂਸ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਵੀ ਸਾਡਾ ਜ਼ਰੂਰ ਹੁਣ ਜਿਹੜੇ ਰਹਿ ਗਏ 5-7 ਦਿਨ ਪੂਰਾ ਦਿਨ ਰਾਤ ਮਿਹਨਤ ਕਰੇ ਅਤੇ ਇਸ ਕਰਕੇ ਅਸੀਂ ਇਲੈਕਸ਼ਨ ਦੀ ਤਿਆਰੀ ਅਸੀਂ ਪੂਰੀ ਮਿਹਨਤ ਕਰ ਰਹੇ ਜੀ, ਸਾਡੀ ਪੂਰੀ ਟੀਮ ਮਿਹਨਤ ਕਰ ਰਹੀ ਹੈ। ਸੋ ਜੋ ਰਿਸਪੋਂਸ ਹੈ ਬਹੁਤ, ਮੈਂ ਕਹਿੰਦਾ ਵੀ ਪਿੰਡਾਂ 'ਚ ਸ਼ਹਿਰਾਂ 'ਚ ਅਤੇ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਅਸੀਂ ਹੁਣ ਸ਼ਹਿਰ ਦੀਆਂ ਮੀਟਿੰਗਾਂ ਕੀਤੀਆਂ, ਸ਼ਹਿਰ ਤੁਸੀਂ ਦੇਖਿਆ ਹੋਣਾ ਖਰੜ ਸ਼ਹਿਰ ਦੇ 'ਚ ਅਸੀਂ ਆਹ 2 ਦਿਨ ਹੋ ਗਏ ਮੀਟਿੰਗਾਂ ਕਰਦੇ ਨੂੰ, ਵੀ ਬਹੁਤ ਵੱਡੇ ਇਕੱਠ ਜਿਹੜੇ ਹੋ ਰਹੇ ਨੇ, ਰੈਲੀਆਂ ਦਾ ਰੂਪ ਧਾਰਨ ਕਰ ਰਹੇ ਨੇ। ਸੋ ਉਮੀਦ ਹੈ ਵੀ ਅਸੀਂ ਇੱਥੋਂ ਆਪਣਾ ਜਿਹੜਾ ਹਲਕਾ ਜਿਹੜਾ ਖਰੜ ਜਿਤਾ ਕੇ ਮਿਹਨਤ ਕਰਨ 'ਚ ਵਿਸ਼ਵਾਸ ਕਰਦੇ ਜੀ, ਅਸੀਂ ਕੋਈ ਬਿਆਨਬਾਜ਼ੀਆਂ 'ਚ ਨਹੀਂ ਕਰਦੇ, ਅਸੀਂ ਮਿਹਨਤੀ ਲੋਕ ਹਾਂ, ਥੱਲੇ ਉੱਠ ਕੇ ਆਏ ਲੋਕ ਹਾਂ, ਅਸੀਂ ਮਿਹਨਤ ਵਿਸ਼ਵਾਸ ਕਰਦੇ, ਇਸੇ ਕਰਕੇ ਅਸੀਂ ਤਾਂ ਆਪਣੀ ਮਿਹਨਤ ਜਿਹੜੀ ਗਰਾਊਂਡ ਲੈਵਲ 'ਤੇ ਲੱਗੇ ਹਾਂ। ਮੈਂ ਨਹੀਂ, ਮੇਰੀ ਸਾਰੀ ਟੀਮ ਆ, ਸਾਰੀ ਸਤਿਕਾਰਯੋਗ ਜਿੰਨੀ ਸਾਡੀ ਲੀਡਰਸ਼ਿਪ ਬੈਠੀ ਆ ਸਾਰੇ ਹੀ ਆਪਣਾ ਗਰਾਊਂਡ ਲੈਵਲ 'ਤੇ ਲੱਗੇ ਹੋਏ ਨੇ ਅਤੇ ਉਸੀ ਦਾ ਨਤੀਜਾ ਵੀ ਅੱਜ ਲੋਕ ਵੱਡੀ ਗਿਣਤੀ ਸਾਡੇ ਇਕੱਠਾ 'ਚ, ਖਾਸ ਕਰਕੇ ਯੂਥ, ਤੁਸੀਂ ਸਾਡੀਆਂ ਮੀਟਿੰਗਾਂ ਦੀਆਂ ਫੋਟੋਆਂ ਕੱਢ ਕੇ ਦੇਖ ਲਓ ਵੀ ਯੂਥ ਵੱਡੀ ਗਿਣਤੀ 'ਚ ਆ ਰਿਹਾ, ਕਿਉਂਕਿ ਯੂਥ ਇਸ ਵੇਲੇ ਬਹੁਤ ਨਿਰਾਸ਼ ਹੈ, ਲੋਕ ਨਿਰਾਸ਼ ਨੇ ਸਰਕਾਰ ਦੇ ਕੰਮ ਤੋਂ, ਔਰ ਲੋਕਾਂ 'ਚ ਗੁੱਸਾ ਵੀ ਹੈ ਇਸ ਗੱਲ ਦਾ ਕਿ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ। ਕਿਹੜੀ ਕਿਹੜੀ ਗੱਲ ਤੋਂ ਯੂਥ ਨਾਰਾਜ਼ ਹੈ ਜੀ, ਕਿਹੜੇ ਵਾਅਦੇ ਕੀਤੇ ਸੀ? ਵਾਅਦੇ ਦੇਖੋ ਜੀ, ਯੂਥ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਨੌਕਰੀ ਦੇਵਾਂਗੇ, ਨਹੀਂ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇਵਾਂਗੇ, ਉਹ ਨਾ ਨੌਕਰੀਆਂ ਮਿਲੀਆਂ ਨਾ ਭੱਤਾ ਮਿਲ ਰਿਹਾ, ਅਤੇ ਬੀਬੀਆਂ ਨੂੰ ਸਾਡਾ ਨਾਰਾਜ਼ ਨੇ ਵੀ 1000 ਰੁਪਏ ਵਾਲਾ ਤੁਹਾਨੂੰ ਮਹੀਨਾ ਦੇਵਾਂਗੇ, 26-26 ਹਜ਼ਾਰ ਉਹਨਾਂ ਦਾ ਹੋਇਆ, ਉਹ ਨਾਰਾਜ਼ ਨੇ, ਬਜ਼ੁਰਗ ਨਾਰਾਜ਼ ਨੇ, ਉਹਨਾਂ ਨੂੰ ਪੈਨਸ਼ਨਾਂ ਦਾ ਵਾਅਦਾ ਕੀਤਾ ਸੀ 2500 ਰੁਪਇਆ ਦੇਵਾਂਗੇ, ਉਹਨਾਂ ਨੂੰ ਵੀ 500 ਤੋਂ 2500 ਦੇਵਾਂਗੇ, ਉਹ ਨਹੀਂ ਮਿਲ ਰਹੀ। ਸੋ ਇਹ ਵੀ ਹਰ ਵਰਗ ਨਾਰਾਜ਼ ਹੈ, ਮੁਲਾਜ਼ਮ ਨਾਰਾਜ਼ ਨੇ, ਹਰ ਵਰਗ ਨਾਰਾਜ਼ ਹੈ ਸਰਕਾਰ।
ਯੂਥ ਦੀ ਆਵਾਜ਼ ਉੱਠ ਕੇ ਆ ਰਹੀ ਹੈ। ਯੂਥ ਇਹ ਸਵਾਲ ਕਰਦਾ ਵੀ ਸਾਨੂੰ ਤੁਸੀਂ ਆ ਜਿਹੜੀ ਫ੍ਰੀ ਦੀ ਗੱਲ ਕਰਦੇ ਆ, ਸਾਨੂੰ ਨੌਕਰੀਆਂ ਦੀ ਗੱਲ ਕਰੋ। ਸਾਨੂੰ 1500 ਦੀ ਬਿਜਲੀ ਫ੍ਰੀ ਨਹੀਂ ਚਾਹੀਦੀ, ਸਾਨੂੰ 20,000 ਦੀ ਨੌਕਰੀ ਦਿਓ, ਅਸੀਂ ਆਪੇ ਬਿੱਲ ਦੇ ਲਾਂਗੇ। ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਿਓ, ਇਹ ਪਾਰਟੀਆਂ ਦੇ ਸਾਹਮਣੇ ਜੇ ਸਾਡੀ ਨਵੀਂ ਜਨਰੇਸ਼ਨ ਇਹ ਮੰਗ ਰੱਖੇਗੀ। ਅਤੇ ਅਕਾਲੀ ਦਲ ਦੇ ਮੇਨ ਏਜੰਡਾ ਕੀ ਹੈ ਜੀ, ਚੋਣਾਂ ਦੇ ਮੁੱਖ ਰੱਖਿਆ ਹੋਣਾ ਜੀ, ਵੀ ਇਸ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਨੇ ਲੋਕਾਂ 'ਚ? ਅਸੀਂ ਤਾਂ ਇਹੀ ਹੈ, ਪੰਜਾਬ 'ਚ ਦੇਖੋ ਜੀ, ਪੰਜਾਬ ਕਿੱਥੇ ਚਲੇ ਗਏ, ਅੱਜ ਪੰਜਾਬ ਦੀ ਹਾਲਤ ਕਿਆ ਹੋਈ ਪਈ ਹੈ ਜੀ, ਸੜਕਾਂ ਦਾ ਹਾਲ ਦੇਖੋ। ਮੁੱਦੇ ਤਾਂ ਹੁਣ ਮੁੱਦੇ ਹੀ ਮੁੱਦੇ ਨੇ, ਕੋਈ ਇਹ ਤਾਂ ਹੈ ਨਹੀਂ ਵੀ ਇੱਕ ਜਾਂ ਦੋ ਹੈ, ਇਹ ਤਾਂ ਜੋ ਬਣਾਇਆ ਸੀ ਸਾਰਾ ਕੁਝ ਢਹਿ ਢੇਰੀ ਹੋ ਗਿਆ। ਅੱਜ ਸੜਕਾਂ 'ਚ ਜਾ ਕੇ ਦੇਖੋ ਵੀ ਬੁਰਾ ਹਾਲ ਹੈ, ਪਿੰਡਾਂ 'ਚ ਵੜ ਕੇ ਦੇਖੋ। ਉਹ ਗਲਤ ਨੀਤੀਆਂ ਕਰਕੇ 1,000 ਕਰੋੜ RDF ਫੰਡ ਸਾਡਾ ਰੁਕ ਗਿਆ, 800 ਕਰੋੜ ਰੁਪਇਆ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਹੁੰਦਾ ਸੀ ਉਹ ਰੁਕ ਗਿਆ। ਸੋ ਸਾਰਾ ਕੁਛ ਹੀ ਪੰਜਾਬ ਦਾ, ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੇਖੋ, ਸਾਰੇ ਏਅਰਪੋਰਟ ਉਹਨਾਂ ਨੇ ਬਣਾਏ, ਸਾਰੇ ਥਰਮਲ ਪਲਾਂਟ ਇੱਕ ਰੋਪੜ ਵਾਲਿਆਂ ਨੂੰ ਛੱਡ ਕੇ ਉਹਨਾਂ ਨੇ ਬਿਜਲੀ ਸਰਪਲਸ ਸੂਬਾ ਕੀਤਾ। ਕੋਈ ਸਰਕਾਰ ਦੱਸ ਦਿਓ, ਪਿੱਛੇ 5 ਸਾਲ ਕਾਂਗਰਸ ਰਹੀ ਹੈ, ਹੁਣ 2.5 ਸਾਲ ਦੇ ਲਗਭਗ ਇਹਨਾਂ ਦੇ ਹੋ ਗਏ, ਇੱਕ ਯੂਨਿਟ ਵੀ ਇਹਨਾਂ ਨੇ ਕਿਤੇ ਬਿਜਲੀ ਪੈਦਾ ਕੀਤੀ। ਪਰ ਫ੍ਰੀ ਤਾਂ ਦੇ ਰਹੇ ਹਾਂ ਜੀ ਲੋਕਾਂ ਨੂੰ, ਜਿਹੜੇ ਗਰੀਬਾਂ ਨੂੰ ਮਿਲ ਰਹੀ ਹੈ, ਫ੍ਰੀ ਮਿਲ ਰਹੀ ਹੈ ਜੀ। ਇਹ ਸਾਰਾ ਕੁਛ ਜੋ ਚੱਕ ਕੇ ਕਰਜ਼ੇ 'ਤੇ ਚੁੱਕ ਕੇ ਦਿੱਤਾ ਜਾ ਰਿਹਾ, ਔਰ ਬਿਜਲੀ ਬੋਰਡ ਦੀ ਪੁਜੀਸ਼ਨ ਤੁਸੀਂ ਆਪ ਸਮਝਦੇ, ਪ੍ਰੈਸ ਵਾਲੇ ਤੁਹਾਨੂੰ ਤਾਂ ਸਾਰੀ ਗੱਲ ਦਾ ਸਭ ਤੋਂ ਵੱਧ ਨੌਲੇਜ ਹੈ, ਪਰ ਆਹ ਹੁਣ 1 ਤਰੀਕ ਲੰਘ ਜਾਣ ਦਿਓ, ਲੋਕ ਰੋਣਗੇ ਵੀ ਸਾਨੂੰ ਡਬਲ ਪੈਸੇ ਲੈ ਲਓ, ਜੇ 5 ਰੁਪਏ ਜੁੰਟ ਹੈ ਸਾਨੂੰ 10 ਲੈ ਲਓ, ਪਰ ਸਾਨੂੰ ਬਿਜਲੀ ਦੇ ਦਿਓ। ਇਹ ਪੁਜੀਸ਼ਨ ਪੰਜਾਬ ਦੀ ਹੋਣ ਵਾਲੀ। ਪਰ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਬਹੁਤ 2.5 ਸਾਲ ਦੇ ਵਿੱਚ ਕੰਮ ਕੀਤੇ ਨੇ, ਲੋਕ ਸਭ ਤੋਂ ਖੁਸ਼ ਨੇ, ਕਹਿੰਦੇ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਜੀ। ਦੇਖੋ ਜੀ, ਗੱਲ ਇਹ ਹੈ ਵੀ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰਦਾ, ਮੇਰੇ ਹਲਕੇ 'ਚ ਕੁਛ ਦਿਖਾ ਦਿਓ ਵੀ ਆਹ ਇੱਟ ਨਵੀਂ ਲੱਗੀ, ਆਹ ਦਿਖਾ ਦਿਓ ਵੀ ਆਹ ਪ੍ਰੋਜੈਕਟ ਅਸੀਂ ਲੈ ਕੇ ਆਏ। ਬਲਕਿ ਸਾਡੀ ਬਦਕਿਸਮਤ ਹੈ ਵੀ ਸਾਡਾ 300 ਕਰੋੜ ਰੁਪਇਆ ਬੈਂਕਾਂ 'ਚ ਪਿਆ ਰੁੜ ਰਿਹਾ, ਲੇਕਿਨ ਉਹ ਮਤੇ ਪਾਸ ਨਹੀਂ ਹੋਣ ਦਿੱਤੇ ਜਾ ਰਹੇ, ਜੇ ਪਾਸ ਹੁੰਦੇ ਨੇ ਉਹ ਡਾਇਰੈਕਟਰ ਦੇ ਉੱਥੇ ਜਾ ਕੇ ਰੋਕ ਲਏ ਜਾਂਦੇ ਨੇ। ਅੱਜ ਲੋਕ ਪਾਣੀ ਨੂੰ ਤਰਸ ਰਹੇ ਨੇ, ਤਰਸ ਸੀਵਰੇਜ ਦਾ ਬੁਰਾ ਹਾਲ ਹੈ, ਸੜਕਾਂ ਦਾ ਬੁਰਾ ਹਾਲ ਹੈ, ਅਤੇ 300 ਕਰੋੜ ਤੋਂ ਪਲੱਸ ਸਾਡਾ ਬੈਂਕਾਂ 'ਚ ਪਿਆ। ਸੋ ਅਸੀਂ ਤਾਂ ਬੇਨਤੀ ਕਰਦੇ, ਸਾਨੂੰ ਕੋਈ ਕ੍ਰੈਡਿਟ ਲੈਣ ਦਾ ਸਾਨੂੰ ਕੋਈ ਚੱਕਰ ਨਹੀਂ, ਬੇਸ਼ੱਕ ਉਹ ਕਾਰਨ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਹੈ, ਅਸੀਂ ਕਹਿੰਦਾ ਵੀ ਤੁਸੀਂ ਉਦਘਾਟਨ ਕਰੋ, ਤੁਸੀਂ ਸਭ ਕੁਛ ਕਰੋ, ਲੇਕਿਨ ਉਹ ਪੈਸਾ ਲੱਗਣ ਦਿਓ। ਅਗਰ 300 ਕਰੋੜ ਰੁਪਇਆ ਅੱਜ ਸ਼ਹਿਰ 'ਚ ਲੱਗ ਜਾਵੇ ਤਾਂ ਸ਼ਹਿਰ ਦਾ ਮੁਹਾਂਦਰਾ ਬਦਲ ਸਕਦਾ, ਲੇਕਿਨ ਲੋਕ ਅੱਜ ਬੇਸਿਕ ਫੈਸਿਲਿਟੀ ਨੂੰ ਵੀ ਰੋ ਰਹੇ ਨੇ, ਖੂਨ ਦੇ ਥਰੂ ਨਿਕਲ ਰਹੇ ਨੇ ਲੋਕਾਂ। ਜਿਹੜੇ ਸਰਕਲ ਪ੍ਰਧਾਨ ਲਾਏ ਨੇ, ਕਿੰਨਾ ਕੁ ਉਮੀਦ ਰੱਖਦੇ ਹੋ ਵੀ ਇਹ ਵਧੀਆ ਕੰਮ ਕਰੋਗੇ? ਸਾਡਾ ਯੂਥ ਤਾਂ ਦੇਖੋ ਜੀ ਹੁਣ ਜੁੜ ਰਿਹਾ, ਔਰ ਇਹਨਾਂ ਦੇ ਨਾਲ ਇਹ ਅੱਗੇ ਹੋਰ ਯੂਥ ਨੂੰ ਜੋੜਨਗੇ। ਬਹੁਤ ਉਮੀਦਾਂ ਨੇ, ਦੇਖੋ ਉਮੀਦਾਂ ਹਮੇਸ਼ਾ ਨੌਜਵਾਨਾਂ ਦੀ ਹੁੰਦੀਆਂ ਨੇ, ਭਾਵੇਂ ਆਪਣਾ ਪਰਿਵਾਰ ਹੈ, ਭਾਵੇਂ ਆਪਣਾ ਦੇਸ਼ ਹੈ, ਅਤੇ ਭਾਵੇਂ ਕੋਈ ਪਾਰਟੀ ਹੈ, ਨੌਜਵਾਨਾਂ ਦੀ ਉਮੀਦ ਹੁੰਦੀ। ਸਾਨੂੰ ਪੂਰੀ ਉਮੀਦ ਹੈ ਕਿ ਇਹ ਦਿਨ ਰਾਤ ਮਿਹਨਤ ਕਰਕੇ ਕਰ ਰਹੇ ਨੇ, ਔਰ ਹੋਰ ਕਰਨਗੇ, ਅੱਜ ਅਹੁਦੇ ਦਿੱਤੇ ਗਏ ਨੇ, ਹੋਰ ਮਿਹਨਤ ਕਰਨਗੇ। ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਜਿਹੜਾ ਸਰਕਾਰ 55 ਅਗਸਤ ਦੀ ਨਜ਼ਰ ਆ ਰਹੀ ਹੈ, ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਕਹਿਣਾ ਚਾਹੁੰਦੇ? ਦੇਖੋ ਅੱਜ ਪੰਜਾਬ ਦੇ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ, ਵਾਕਈ ਜੋ 70 ਸਾਲ 'ਚ ਨਹੀਂ ਹੋਇਆ ਸੀ ਉਹ ਅੱਜ ਹੋ ਰਿਹਾ, ਅਤੇ ਅੱਜ ਮੀਡੀਆ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ। ਕੋਈ ਬੰਦਾ ਸੋਸ਼ਲ ਮੀਡੀਆ 'ਤੇ ਬੋਲਦਾ ਉਹਦੇ 'ਤੇ ਪਰਚਾ ਹੁੰਦਾ, ਕੋਈ ਸਾਡੇ ਮੀਡੀਆ 'ਚੋਂ ਬੋਲਦਾ ਉਹਦੇ 'ਤੇ ਕਾਰਵਾਈ ਹੁੰਦੀ ਹੈ। ਸੋ ਜੋ ਜਲੰਧਰ ਦੇ ਆਪਣੇ ਡਾਕਟਰ ਹਮਦਰਦ ਦੇ ਜੋ
ਸਾਹਿਬ ਬਲਜਿੰਦਰ ਸਿੰਘ ਹਮਦਰਦ ਦੇ ਉੱਤੇ ਪਰਚਾ ਹੋਇਆ, ਅਸੀਂ ਸਮਝਦੇ ਹਾਂ ਵੀ ਮੀਡੀਆ ਦੀ ਆਵਾਜ਼ ਕਦੇ ਨਹੀਂ ਦਬਾਉਣੀ ਚਾਹੀਦੀ। ਇਹ ਇੱਕ ਜਿਹੜਾ ਸਾਡਾ ਲੋਕਤੰਤਰ ਹੈ, ਥੰਮ ਹੈ ਮੀਡੀਆ ਦਾ। ਸੋ ਸੌਂਕਾਂ ਦੇਖੋ, ਮੈਂ ਤਾਂ ਕਹਿੰਦਾ ਲੀਡਰਾਂ ਨੂੰ ਸੌਂਕਾਂ ਆਪਣੀ ਜਿਹੜੀ ਕੁਛ ਵਿਰੁੱਧ ਆ ਉਹ ਸੁਣਨਾ ਚਾਹੀਦਾ, ਮਾਦਾ ਰੱਖਣਾ ਚਾਹੀਦਾ, ਤਾਂ ਕਿ ਅਸੀਂ ਉਹਨੂੰ ਠੀਕ ਕਰਕੇ ਗਾਹ ਨੂੰ ਹੋਰ ਬੈਟਰ ਕਰ ਸਕੀਏ, ਲੋਕਾਂ ਦੀ ਜੋ ਨਾਰਾਜ਼ਗੀ ਆ ਉਹਨੂੰ ਦੂਰ ਕਰ ਸਕੀਏ। ਪਰ ਇਹ ਬੜੀ ਮੰਦਭਾਗੀ ਗੱਲ ਹੈ ਵੀ ਅੱਜ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਦਬਾਇਆ ਜਾਂਦਾ।